ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ, ਹੈਪੀ ਦੁਸ਼ਹਿਰਾ ਸਾਰਿਆਂ ਨੂੰ। ਤੇ ਅੱਜ ਹੁਣ ਟਾਈਮ ਹੋ ਚੁੱਕਿਆ 8:15 ਵਜੇ ਤੇ ਅਸੀਂ ਜਾ ਰਹੇ ਹਾਂ ਦੁਸ਼ਹਿਰਾ ਦੇਖਣ ਮੇਰੇ ਪਿੰਡ ਰੋਣੋ। ਤੇ ਤੁਸੀਂ ਕਨਫਿਊਜ਼ ਹੋਵੋਗੇ ਕਿ ਕਦੇ ਨਾਰਾਇਣਗੜ੍ਹ ਕਹਿ ਜਾਂਦੀ ਹੈ ਆਪਦਾ ਪਿੰਡ, ਕਦੇ ਰੋਣੋ। ਉਹ ਵੀ ਤੁਹਾਨੂੰ ਸਾਰੇ ਦੱਸਾਂਗੇ ਹਿਸਟਰੀ ਕਿ ਕਿੱਦਾਂ ਆ, ਠੀਕ ਹੈ। ਤੇ ਅਸੀਂ ਜਾ ਰਹੇ ਹਾਂ ਰੋਣੋ ਅੱਜ ਦੁਸ਼ਹਿਰਾ ਦੇਖਣ। ਤੇ ਮਾਰਨਿੰਗ ਮੈਂ ਕੁਛ ਵਲੌਗ ਵੈਸੇ ਅੱਜ ਜਲਦੀ ਉੱਠ ਗਏ ਸੀ ਬਣਾਏ ਆ, ਥੋੜਾ ਜਿਹਾ ਕਲਿੱਪ ਲਈਆਂ ਨੇ, ਉਹ ਵਿੱਚ ਆਪਾਂ ਇਸ ਤੋਂ ਬਾਅਦ ਐਡ ਕਰਾਂਗੇ। ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਨਰਾਤਿਆਂ ਦੇ ਵਿੱਚ ਸਾਂਝੀ ਮਾਤਾ ਦੀ ਪੂਜਾ ਹੁੰਦੀ ਆ, ਸੋ ਅਸੀਂ ਤਾਂ ਨਹੀਂ ਕਰਦੇ ਹੈਗੇ, ਮੈਂ ਸਿਰਫ ਜੌਂ ਉਗਾ ਲੈਂਦੀ ਹੁੰਦੀ ਹਾਂ। ਤੇ ਪਰ ਹੈਗੇ ਨੇ ਸਾਡੇ ਘਰਾਂ ਦੇ ਵਿੱਚੋਂ ਪਿੰਡ ਦੇ ਵਿੱਚ ਹੀ ਉਹ ਕਰਦੇ ਨੇ, ਤੇ ਉਹਨਾਂ ਦੇ ਨਾਲ ਅਸੀਂ ਮਾਰਨਿੰਗ ਗਏ ਸੀ ਮੈਂ ਤੇ ਮਹਿਕ ਕਿ ਕਿੱਦਾਂ ਕਰਦੇ ਆ। 10 ਸਾਲਾਂ ਦੇ ਵਿੱਚ ਮੈਂ ਫਸਟ ਟਾਈਮ ਗਈ ਹਾਂ, 10 ਸਾਲ ਹੋ ਗਏ ਮੈਰਿਜ ਨੂੰ, ਫਸਟ ਟਾਈਮ ਗਈ ਹਾਂ ਇੱਦਾਂ ਇੱਧਰ ਦੇਖਿਆ ਕਿ ਕਿੱਦਾਂ ਪੂਜਾ ਕਰਦੇ ਆ ਉਹ, ਹਨਾ। ਤੈਰ ਕੇ ਆਏ ਸੀ ਉਹਨੂੰ ਇੱਧਰ ਲਾਗੇ ਸੂਆ ਜੋ, ਤੇ ਉਹ ਵੀ ਕਲਿੱਪ ਤੁਹਾਨੂੰ ਜ਼ਰੂਰ ਦਿਖਾਵਾਂਗੇ। ਮਹਿਕ ਹੁਣ ਨਹਾਉਣ ਲੱਗ ਗਈ ਤੇ ਜੋਵਨ ਵੀ ਇਸ ਤੋਂ ਬਾਅਦ ਰੈਡੀ ਆ, ਮੈਂ ਰੈਡੀ ਆ। ਤੇ ਸਾਨੂੰ ਲੇਟ ਜਿੱਦਾਂ ਹਰੇਕ ਵੀਡੀਓ ਦੇ ਵਿੱਚ ਇੱਕ ਬੰਦਾ ਹੀ ਕਰਵਾਉਂਦਾ ਉਹ ਤੁਹਾਨੂੰ ਪਤਾ, ਤੇ ਉਹ ਇੰਦਰ ਜੀ ਤਾਂ ਉਹਦੇ ਹਜੇ ਕੱਪੜੇ ਹੀ ਨੀ ਸਿਲੈਕਟ ਹੋ ਰਹੇ ਹੈਗੇ। ਮੈਂ ਰਾਤ ਵੀ ਕਿਹਾ, ਰਾਤ ਕੋਈ ਹੋਰ ਸਿਲੈਕਟ ਕੀਤੇ ਸੀ ਤੇ ਹੁਣ ਕੋਈ ਹੋਰ ਸਿਲੈਕਟ ਹੋ ਰਹੇ ਨੇ, ਪਤਾ ਹੀ ਨੀ, ਕੱਪੜੇ ਹੀ ਨੀ ਹਜੇ ਪਤਾ ਲੱਗ ਰਿਹਾ ਕਿ ਕਿਹੜੇ ਸਿਲੈਕਟ ਕਰਨੇ ਆ। ਮਹਿਕ ਹੁਣ ਨਹਾਉਣ ਲੱਗ ਗਈ ਤੇ ਜੋਵਨ ਵੀ ਇਸ ਤੋਂ ਬਾਅਦ ਰੈਡੀ ਆ, ਮੈਂ ਰੈਡੀ ਆ। ਤੇ ਸਾਨੂੰ ਲੇਟ ਜਿੱਦਾਂ ਹਰੇਕ ਵੀਡੀਓ ਦੇ ਵਿੱਚ ਇੱਕ ਬੰਦਾ ਹੀ ਕਰਵਾਉਂਦਾ ਉਹ ਤੁਹਾਨੂੰ ਪਤਾ, ਤੇ ਉਹ ਇੰਦਰ ਜੀ ਤਾਂ ਉਹਦੇ ਹਜੇ ਕੱਪੜੇ ਹੀ ਨੀ ਸਿਲੈਕਟ ਹੋ ਰਹੇ ਹੈਗੇ। ਮੈਂ ਰਾਤ ਵੀ ਕਿਹਾ, ਰਾਤ ਕੋਈ ਹੋਰ ਸਿਲੈਕਟ ਕੀਤੇ ਸੀ ਤੇ ਹੁਣ ਕੋਈ ਹੋਰ ਸਿਲੈਕਟ ਹੋ ਰਹੇ ਨੇ, ਪਤਾ ਹੀ ਨਹੀਂ, ਕੱਪੜੇ ਨਹੀਂ ਹਜੇ ਪਤਾ ਲੱਗ ਰਿਹਾ ਕਿ ਕਿਹੜੇ ਸਿਲੈਕਟ ਕਰਨੇ ਆ। ਸੋ ਆਪਾਂ ਤਾਂ ਹੋ ਗਿਆ ਰੈਡੀ, ਪਰ ਇੰਦਰਜੀਤ ਦੀ ਤਿਆਰੀ ਹਜੇ ਵੀ ਚੱਲ ਰਹੀ ਆ। ਅਸੀਂ ਤਿੰਨੋਂ ਜਾਣੇ ਤਿਆਰ ਆ ਤੇ ਇੰਦਰਜੀਤ ਤਾਂ ਹਜੇ ਵੀ ਰੈਡੀ ਹੋ ਰਹੇ ਨੇ। ਆਪਾਂ ਹੁਣ ਘਰ ਤੋਂ ਨਿਕਲ ਚੁੱਕੇ ਆ ਜੀ ਪਿੰਡ ਵੱਲ, ਤੇ ਦੁਸ਼ਹਿਰਾ ਦੇਖਣ ਦੇ ਲਈ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਦੁਸ਼ਹਿਰੇ ਤੇ। ਤੇ ਸਾਰੇ ਰਿਸ਼ਤੇਦਾਰ ਆਏ ਹੁੰਦੇ ਆ ਸਾਡੇ, ਸਾਰੇ ਇਕੱਠੇ ਹੁੰਦੇ ਆ, ਤੇ ਕਿੱਦਾਂ ਇੰਜੋਏ ਕਰਦੇ ਆ ਸਾਰਾ ਦਿਖਾਉਂਦੇ ਆ ਤੁਹਾਨੂੰ, ਤੇ ਹੁਣ ਅਸੀਂ ਘਰ ਤੋਂ ਨਿਕਲ ਚੁੱਕੇ ਆ। ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਨਾਰਾਇਣਗੜ੍ਹ, ਤੇ ਮੰਮੀ ਰੈਡੀ ਹੋ ਰਹੇ ਨੇ, ਮੰਮੀ ਨਾਲ ਲੈ ਕੇ ਫਿਰ ਆਪਾਂ ਚੱਲਦੇ ਹਾਂ ਰੋਣੋ। ਤੇ ਰੋਣੋ ਹੈਗੇ ਨੇ ਮੇਰੇ ਇੱਕ ਹੋਰ ਮੰਮੀ ਤੇ ਇੱਕ ਮਾਸੀ ਤੇ ਇੱਕ ਮੇਰੇ ਸਿਸਟਰ, ਤੇ ਸਾਰਿਆਂ ਵੱਲ ਜਾਵਾਂਗੇ ਤੇ ਰੋਣੋ ਚੱਲਦੇ ਹਾਂ, ਸਾਰਿਆਂ ਨੂੰ ਮਿਲਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ। ਅਸੀਂ ਚੱਲੇ ਹਾਂ ਮੇਲਾ ਦੇਖਣ,
कलगी सजा के। सो हुण आपां रैणगढ़ तो चल पे आ रोणो वल, ते रोणो चलदे आ दशहरा इंजॉय करदे आ। मेरा जवन इंद्रजीत गल कर रहे ने किस तरह चोरी हुए ने। रोनो तो वापस जान लगे सी ते बाड़ी देखण आया। ए हैगा आंवले दा बूटा है। बहुत फल लग्या होया नु इधर नु इधर कर दे बस लेक बस। ए हैगी मिर्च बहुत ज्यादा लगी हुई है भी, ते कलर भी देखो मिर्च दा रेड नहीं हैगा, बैंगनी जा कलर है दा, ब्लैक जा बहुत लगी हुई है भी। सो ए बाड़ी हैगी है साडी रोणो वाली। ओ हल्दी लगाई हुई है, इधर भी एक आंवले का बूटा, एक किन्नू का बूटा। सो आप हम पहुंच चुके हैं जी रोनो सिस्टर के घर, इतने रुकते हैं थोड़ा टाइम, तो इस बार चलते हैं दशहरे के मेले ते। फतेह साडा सो गया सी, हुण उठ के आया हुण मिलदी करदा सानू जी ये आ भी देखा लो लेखा लो के भाई तां सुस्ता वैसे बहुत बोलदा हुंदा, ए भी ब्लॉग बनांदा हुंदा है ना फतेह। हेलो गाइज, हेलो गाइज, है ना। मेरी बात तो आउंदी नहीं होणी फिर बिच। आपां पहुंच चुके हैं मासी वल जिद्दां दशहरा मेन प्रोग्राम ते जिद्दां सवेर दे गाह पाने। हुण आपां पीण लगे आ चाह, ते आपां आ गए सी मेन प्रोग्राम आ जिद्दर आ मुंडे दे घर। इन्हां दशहरे ते बुलाया उन्होंने आ गए जी, असीं मेन इधर प्रोग्राम मेन है, बस आ इन्हां घर तो बाहर आवाज सुनदी हूं सारे आ मेन मासी दे प्रोग्राम आ साडी मेन मासी है दशहरे वाली मासी। चाह पकौड़े खा लो जी। जिथे भी जगह मिलती है बराजमान की कृपा करो, झाके आनंद माणो, बच्चे झाके दिखाओ भाई, रेत करो, असू जो बलांडिया साहब साढ़े झाके चार कर दो। उस समय की चाकी है भाई राजा दशरथ जी, छे का स्टार करते ने उस समय की सीना भाई जो झरके सामने दशहरा ने पहुंच चुकी है। अगे आम ही राजे राणे गुरु साहबान ने भी गुरु गोबिंद सिंह महाराज ने भी छे का सुधार किया स्टार किया। राजा दशरथ जी छे का स्टार करते हुए साढ़े सामने जो चाकी है भाई आपो अपने जिथे भी जगह मिलती है हर के झाके का आनंद माणो, मेले की रंग बधाओ। अज इस मंत रंगा रंग प्रोग्राम ड्रामा जो पेश किया जाऊगा, सारे ही वीर भैन भरावान चाहना बजुर्गों ने बेनती है भी अपने कमां कारों मिले हो शाम 8 बजे पंडाल छो ता जो कि मेले का आनंद माण सकीए। मेला ਕਿਉਂਕਿ
करो करो बात कर मेनू भी दो मैं भी मिलना नहीं जो अपने पे करे अपने बेडरूम च पे है 100 रुपए का भाई ठीक है जी गर्मी बहुत ज्यादा अपनी पूरी बस हूं घर नू वापस दुर्गा माता की झलकी श्री रामचंद्र जी दुर्गा माता ने मत नगर पंचायत समूह खहरा साहब जो खिलाफ के धनवादी है बाकी रिश्तेदार मित्र दोस्तों के गुआढ़ हो रहे कोई उच्चा दूरा शब्द क्या हो माफी मांगते हैं कोई प्रवाह झल रही हो सारे प्रशासन वीर का अं धनवाद करते हैं पहुंचने ने बहुत खूब ड्यूटी निभाई लो जी अगली भेट हो चुकी है साइड तीन हम बहुत धनवादी हैं अभी हो रहा है उन्हें मारा करता सजा मिल रही है हर साल इस मंच अज रात को रंगारंग प्रोग्राम नवा शहर मंजारे वाली पार्टी केस करूंगी अपने कामों कारण वेले हो गए शाम बजे रौनक वधाओ भाई पंडाल की अज शाम 8 बजे ਇੱਕ ਰਾਂਝਾ ਜੋ ਡਰਾਮਾ ਪੇਸ਼ ਕੀਤਾ ਜਾਊਗਾ ਨਵੇਂ ਸ਼ਹਿਰ ਵਾਲੇ ਸੰਘਾਰ ਲਾਜੀ ਪਾਲਾ ਸਿੰਘ ਇਸ ਸਕੂਟਰ ਰਿਪੋਰਟਰ ਜੀ ਆਇਆ ਆਖਦੇ ਆ ਪਾਲਾ ਸਿੰਘ ਜੀ ਰਾਜ ਵਾਲੀਆ ਇੱਥੇ ਪਹੁੰਚ ਚੁੱਕੇ ਨੇ ਜੋ ਖਬਰ ਕੱਲ ਨੂੰ ਨਜ਼ਰਬੰਦ ਕਰਨਗੇ ਕੈਮਰੇ ਤੋਂ ਆ ਤੇ ਸੁਰਖੀ ਹੋਵੇਗੀ ਪਾਲਾ ਸਿੰਘ ਰਾਜ ਵਾਲੀਆ ਉਹ ਪਹੁੰਚ ਚੁੱਕੀ ਹੈ ਕਹਿੰਦੇ ਜੀ ਸਿੰਘ ਵਾਪਸੀ ਜਾ ਰਹੇ ਹਾਂ ਘਰ ਨੂੰ ਨਰੈਣਗੜ੍ਹ ਤੋਂ ਵਾਪਸ ਤੁਰੇ ਹਾਂ ਮੰਮੀ ਨੂੰ ਇੱਥੇ ਛੱਡ ਕੇ ਤੇ ਦੁਸਹਿਰਾ ਬਹੁਤ ਵਧੀਆ ਰਿਹਾ ਤੇ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਵੀ ਲਏ ਬੈਸਟ ਸਪੈਸ਼ਲ ਟਾਈਮ ਤਾਂ ਕਿੱਥੇ ਕੱਢ ਹੁੰਦਾ ਹਨਾ ਹਰੇਕ ਕੋਲ ਜਾਣ ਆਉਣ ਦਾ ਤੇ ਅੱਜ ਸਾਰਿਆਂ ਨੂੰ ਮਿਲ ਵੀ ਲਏ ਹੋਰ ਵੀ ਕਾਫੀ ਸੀਗੇ ਜਿਹੜੇ ਫਰੈਂਡ ਹੋ ਗਏ ਜਾਂ ਹੋਰ ਸਭ ਨੂੰ ਮਿਲੇ ਅੱਜ ਵਧੀਆ ਲੱਗਿਆ ਤੇ ਹੁਣ ਟਾਈਮ 6:30 ਹੋ ਗਿਆ ਤੇ ਅਸੀਂ ਵਾਪਸ ਜਾ ਰਹੇ ਹਾਂ ਸੰਗੋਵਾਲ ਨੂੰ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਵੀ ਬਹੁਤ ਪਸੰਦ ਆਏਗੀ
इसे तरह होर वीडियो देखण दे लई इस वीडियो नूं लाइक शेयर और कमेंट जरूर करियो। चैनल नूं सबसक्राइब जरूर करना। थैंक यू।